ਹਾਂਜੀ ਦੋਸਤੋ ਤਾਂ ਤੁਸੀਂ ਆਲੂ ਤਾਂ ਬੜੇ ਦੇਖੇ ਹੋਣੇ ਦੋਸਤੋ ਪਰ ਤੁਸੀਂ ਬੇਲਾ ਪਰ ਲੱਗੇ ਆਲੂ ਕਦੀ ਨਹੀਂ ਦੇਖੇ ਹੋਣੇ ਕਹਿੰਦਾ ਇਹ ਦੇਖਾ ਸਾਡੇ ਹਿਮਾਚਲ 'ਚ ਇਹਨਾਂ ਬੋਲਦੇ ਦੇਸੀ ਆਲੂ ਕਹਿੰਦਾ ਇਹ ਹੁੰਦੇ ਲੱਗੇ ਉਹ ਬੇਲਾ ਪਰ ਤਾਂ ਮੈਨੂੰ ਕਮੈਂਟ 'ਚ ਦੱਸਣੇ ਕਿ ਕੁਛ ਸਾਡੇ ਆਲੂ ਲੱਗੇ ਹੁੰਦੇ ਦੋਸਤੋ ਤੁਸੀਂ ਦੇਖਾ ਦੇ ਕਾਫੀ ਜ਼ਿਆਦਾ ਆਲੂ ਲੱਗੇ ਨਾ ਦੋਸਤੋ ਜਿਹੀਆਂ ਬਾਕੀ ਆਲੂ ਤੁਸੀਂ ਛਿੱਲੀ ਕੇ ਬਣਾਉਂਦੇ ਉਹੀ ਇਹਨੇ ਬਣਾਉਣਾ ਹੁੰਦਾ ਕਹਿੰਦਾ ਇਹਨੇ ਤੁਸੀਂ ਉਬਾਲੀ ਕੇ ਨਾ ਨਮਕ ਲਗਾ ਕੇ ਉਹੀਆਂ ਵੀ ਖਾ ਸਕਦੇ ਦੋਸਤੋ ਕਹਿੰਦਾ ਇਹ ਬਹੁਤ ਹੀ ਤਾਕਤਵਰ ਸਬਜ਼ੀ ਹੁੰਦੀ ਕਹਿੰਦਾ ਇੱਕ ਗੱਲ ਹੈ ਜਿਹਨੇ ਠੰਡ ਲੱਗਦੀ ਨਾ ਸਰਦੀਆਂ 'ਚ ਜ਼ਿਆਦਾ ਅਤੇ ਇਹ ਸਬਜ਼ੀ ਖਾ ਲੈਣ ਤਾਂ ਉਹ ਜਾਂਦੇ ਬਿਲਕੁਲ ਗਰਮ ਦੋਸਤੋ ਮਤਲਬ ਜੇ ਠੰਡ ਦੇ ਮੌਸਮ 'ਚ ਇਹਨੇ ਖਾਣ ਤਾਂ ਗਰਮੀ ਪੈ ਜਾਂਦੀ ਹੈ ਕਹਿੰਦਾ ਬੜੀ ਵਧੀਆ ਸਬਜ਼ੀ ਹੁੰਦੀ ਜਿਹੀਆਂ ਤੁਸੀਂ ਜਿਮੀਕੰਦ ਬਣਾਉਂਦੇ ਨੇ ਹੋਰ ਵੀ ਬੜੀਆਂ ਸਬਜ਼ੀਆਂ ਜਿਹੜੀਆਂ ਹੁੰਦੀਆਂ ਨੇ ਤਾਂ ਉਹਨਾਂ ਦਾ ਵੀ ਇਹਨਾਂ ਦਾ ਬਹੁਤ ਹੀ ਵਧੀਆ ਸਵਾਦ ਹੁੰਦਾ ਕਹਿੰਦਾ ਇਹ ਹੁੰਦੀਆਂ ਦੇਸੀ ਸਬਜ਼ੀਆਂ ਇਹਨਾਂ ਖਾਣੇ 'ਤੇ ਕਈ ਬਿਮਾਰੀਆਂ ਵੀ ਦੂਰ ਹੁੰਦੀਆਂ ਪਰ ਦੋਸਤੋ ਇੱਕ ਗੱਲ ਦਾ ਧਿਆਨ ਰੱਖਣਾ ਜਿਹਨਾਂ ਉਹ ਖੁਰਕਾ ਦੀ ਬਿਮਾਰੀ ਹੋ ਨਾ ਖਾਣ ਕਹਿੰਦਾ ਬੜੀ ਭਾਰੀ ਗਰਮ ਇਹ ਥੋੜ੍ਹੀ ਸਬਜ਼ੀ ਗਰਮ ਹੁੰਦੀ ਦੋਸਤੋ ਤਾਂ ਤੁਹਾਨੂੰ ਦੇਖਦੇ ਹਨ ਜਿਹਨੇ ਮਤਲਬ ਗਰਮ ਸਬਜ਼ੀਆਂ ਨਹੀਂ ਪਚਦੀਆਂ ਹੁਣ ਤਾਂ ਹੈ ਨਾ ਖਾਣ ਕਹਿੰਦਾ ਇਹ ਹੁੰਦੀ ਆਲੂਆਂ ਲੇਖਾ ਮਤਲਬ ਦੇਖਾਂ ਦੇਖੀ ਲੈ ਵੇਲਾ ਪਰ ਆਲੂ ਲੱਗੇ ਹੁਣ ਇਹਨੇ ਬੋਲਦੇ ਦੇਸੀ ਕਹਿੰਦਾ ਕਈ ਜਗ੍ਹਾ 'ਚ ਬੋਲਦੇ ਨਾ ਉਹ ਸਾਧੂ ਸਾਧੂਆਂ ਦੀ ਸਬਜ਼ੀ ਕਹਿੰਦਾ ਦੋਸਤੋ ਇਹ ਵੇਲਾ ਦੇ ਇਹ ਸਾਧੂ ਐਸਾ ਹੈ ਜ਼ਮੀਨਾਂ ਦੇ ਅੰਦਰ ਵੀ ਹੁੰਦਾ ਕਹਿੰਦਾ ਇਹ ਬਾਹਰ ਵੀ ਹੁੰਦਾ ਦੋਸਤੋ ਕਹਿੰਦਾ ਜੇ ਬੀਜ ਚਾਹੀਦਾ ਹੋਊਗਾ ਤਾਂ ਮੇਰੇ ਨਾਲ ਸੰਪਰਕ ਕਰ ਲੈਣ ਤਾਂ ਆਹ ਵੀ ਅੱਜ ਆ ਜਾਓ ਖੁੰਡੀਆਂ ਸਾਈਡ ਆਹ ਵੀ ਪਹਿਲੀ ਵਾਰੀ ਦੇਖੇ ਨੇ ਦੋਸਤੋ ਇਹ ਜਿਹੜੇ ਵੇਲਾ ਵਾਲੇ ਆਲੂ ਨੇ ਤਾਂ ਹੁਣ ਅੱਜ ਬੀਜ ਦੇ ਚੱਲੇ ਨੇ ਇਕੱਠਾ ਕਰਕੇ ਤਾਂ ਫਿਰ ਆਹ ਵੀ ਇਸਤੇਮਾਲ ਕਰਨਾ ਤੁਸੀਂ ਹੁਣ ਜੇ ਇੱਕ ਬਜ਼ੁਰਗ ਜੀ ਇਹ ਜਿਹਨਾਂ ਦੱਸਿਆ ਹਾਂ ਜੋ ਤਾਂ ਜੇ ਬਜ਼ੁਰਗ ਜੀ ਨੇ ਵੀ ਬਣਾਉਂਦੇ ਨੇ ਇੱਥੇ ਆਉਂਦੇ ਅੰਕਲ ਜੀ ਆਈ ਜਾਓ ਸਾਹਮਣੇ ਜਰਾ ਕੁ ਹਾਂਜੀ ਤਾਂ ਤੁਹਾਨੂੰ ਦਹੀ ਦਿਆ ਜਰਾ ਕੁ ਹਾਂਜੀ ਵੀ ਇਹਨਾਂ ਬਣਾਉਣ ਦਾ ਤਰੀਕਾ ਦਹੀ ਦਿਆ ਹਾਂਜੀ ਛਿੱਲੀ ਕੇ ਬਣਾਉਂਦੇ ਉਬਾਲੀ ਕੇ ਉਬਾਲੀ ਕੇ ਬਣਾ ਸਕਦੇ ਛਿੱਲੀ ਕੇ ਬਣਾ ਸਕਦੇ ਦੋਸਤੋ ਤਾਂ ਬਹੁਤ ਹੀ ਵਧੀਆ ਸਬਜ਼ੀ ਹੈ ਕਹਿੰਦਾ ਹਿਮਾਚਲ ਤੁਹਾਨੂੰ ਪਤਾ ਹੀ ਹੈ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਪਰ ਤੁਹਾਨੂੰ ਬਿੱਲ ਵਾਲੀ ਸਬਜ਼ੀ ਬਿੱਲ ਵਾਲੇ ਆਲੂ ਤੁਸੀਂ ਅੱਜ ਪਹਿਲੀ ਵਾਰੀ ਦੇਖੇ ਹੋਣੇ ਤੁਹਾਨੂੰ ਫਿਰ ਇਹ ਹਿੰਦੇ ਨੇ ਇਹਦੇ ਬੇਲ ਹੁੰਦੀ ਹੈ ਦੋਸਤੋ ਤੁਹਾਡੇ ਵੀ ਜੰਗਲਾਂ ਵਿੱਚ ਹੋ ਸਕਦੀ ਹੈ ਤਾਂ ਤੁਸੀਂ ਜ਼ਰੂਰ ਇਹਨਾਂ ਸਬਜ਼ੀਆਂ ਦਾ ਆਨੰਦ ਲੈਣਾ ਦੇਖਾ ਤੁਸੀਂ ਦੋਸਤੋ ਇਹ ਦੇਖਾ ਇਹ ਹੁੰਦੀ ਬੇਲ ਕਹਿੰਦੇ ਬੇਲਾਂ ਪਰ ਲੱਗੀ ਹੁੰਦੀ ਇਹਨਾਂ ਬੋਲਦੇ ਦੇਸੀ ਆਲੂ ਕਹਿੰਦੇ ਕਈ ਜਗ੍ਹਾ ਬੋਲਦੇ ਸਾਧੂ